तेरे गम को जहाँ की तलाश थी तेरे जाने सार चले गए, तेरी राह में करते थे सर तलब सरे राह गुजर चले गए, ये हम ही थे जिनके लिबास पर सरे राह से आही लिखी गई, यही दाग सजा सजा के हम सरे बज में यार चले गए। जिद्दें दा मैं अंदर गया जी, पता नहीं बाबे नानक दी दसवें पातशाह दी की मेहर आ, ते किसे ने ओए तक नहीं कहा, मैं झूठ नहीं बोल सकदा कदे, है ना। शुरू च मैं कई वारी तुहानू सौण नहीं दिंदे, क्वेश्चंस करते आ, है ना, तुहानू कुछ खाण नूं नहीं दिंदे, पर किसे ने कोई बदतमीजी नहीं, किसे ने किसे तरह दा मेरे नाल माड़ा वतीरा नहीं, ये पता नहीं क्यों। दोबारा बिल्ड हो रहा है, जिहड़ा हनेरी आई गिर गया सी, की दीप सिद्धू हुण तंबू दे विच दोबारा नजर आवेगा? हाँ जी, और देखो एहदियां नेरियां नूरियां हवावां वगदियां रहिंदियां, पर आपां विच खड़े रहना पैंदा उहनां दे विच। अच्छा दीप सिद्धू वीर, एक चीज जरूर दसो, तुसीं आर्गूमेंट कीता सीगा कि ਉਹਨਾਂ ਦੀ ਵੀਡੀਓਜ਼ ਵੀ ਖੰਗਾਲਣੀਆਂ ਚਾਹੀਦੀਆਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਲਾਲਾਂਗੇ ਤੇ ਜਾਣਾ ਚਾਹੀਦਾ ਹੈਗਾ, ਕੀ ਜੱਜ ਨੇ ਉਸ ਚੀਜ਼ ਨੂੰ ਕੰਸੀਡਰ ਕੀਤਾ? ਨਹੀਂ ਦੇਖੋ, ਮੈਂ ਇੱਕ ਗੱਲ ਇਹਨਾਂ ਗੱਲਾਂ 'ਚ ਆਪਾਂ ਹੁਣ ਨਹੀਂ, ਆਪਾਂ ਅੱਗੇ ਵਧਣਾ। ਤਾਂ ਦੀਪ ਸਿੱਧੂ ਜਿਹੜੇ ਆ ਨਤਮਸਤਕ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਅਦ ਜਿਹੜੇ ਆ ਬਾਹਰ ਜਿਹੜੇ ਆ ਉਹ ਆਏ ਆ, ਪ੍ਰਸ਼ਾਦ ਜਿਹੜਾ ਹੈ ਉਹ ਛਕਿਆ। 9 ਫਰਵਰੀ ਤੋਂ ਬਾਅਦ ਜਿਹੜਾ ਅੱਜ ਦੀਪ ਸਿੰਘ ਜਿਹੜਾ ਹੈ ਨਤਮਸਤਕ ਹੋਣ ਦੀ ਇੱਥੇ ਬੇਨਤੀ ਹੋਈ। ਹੁਣ ਸਰਬੱਤ ਦੇ ਭਲੇ ਦੀ ਗੱਲ ਜਦੋਂ ਹੋ ਗਈ ਤੇ ਇਹ ਔਕੜਾਂ ਵੀ ਆਉਂਦੀਆਂ ਹੁੰਦੀਆਂ, ਸਮਾਂ ਵੀ ਆਉਂਦੇ ਹੁੰਦੇ ਆ, ਤੇ ਸਮੇਂ ਜਿਹੜੇ ਆ ਇਹੋ ਜਿਹਾ ਸਮਾਂ ਉਹ ਬੰਦਿਆਂ ਤੇ ਹੀ ਆਉਂਦੇ ਆ ਜੀ, ਮੈਂ ਸਿਆਣੇ ਕਹਿੰਦੇ ਹੁੰਦੇ क्योंकि देखो गल गुरु नानक साहब की गल कर ਮਜਲੂਮਾਂ ਦੀ ਰੱਖਿਆ ਤੇ ਜਰਵਾਣੇ ਦੀ ਭੱਜ, ਦਸਵੇਂ ਪਾਤਸ਼ਾਹ ਨੇ ਸਾਨੂੰ ਇਹੀ ਗੱਲ ਸਿਖਾਈ ਹੈ। ਸੋ ਜਿੰਨਾ ਕੁ ਆਪਾਂ ਪਹਿਰਾ ਦੇ ਸਕਦੇ ਹਾਂ ਉਹਨਾਂ ਗੱਲਾਂ ਤੇ, ਹੌਸਲਾ ਉਹਨੇ ਦੇਣਾ ਤੇ ਆਪਦੇ ਅੰਦਰ ਜਿਹੜੇ ਸਾਡੇ ਇਰਾਦੇ ਆ ਉਹਨੇ ਮਜ਼ਬੂਤ ਕਰਨੇ ਆ। ਭਾਈ ਭਾਈ ਭਾਰਤੀ ਜਿਹੜੀ ਸਟੇਟ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਰਿਹਾਈ ਹੋ ਗਈ ਸੀ ਤੇ ਤੁਰੰਤ ਇੱਕ ਉਹ ਕੇਸ ਪਾ ਦਿੱਤਾ ਗਿਆ, ਦਿੱਲੀ ਜਿਹੜਾ ਲਾਲ ਕਿਲੇ ਦੀ ਘਟਨਾ ਹੋਈ ਹੈ ਉਹਦੇ ਬਾਰੇ 2 ਕੇਸ ਪਾਏ ਗਏ ਨੇ, ਪਰ ਬਣਦਾ ਇਹ ਹੈ ਕਿ ਇੱਕ ਘਟਨਾ ਦੇ ਉੱਤੇ 1 ਕੇਸ ਹੋਣਾ ਚਾਹੀਦਾ ਆ। ਨਹੀਂ ਇਹ ਗੱਲ ਆ ਨਾ ਜਿਹੜੀ ਹੁਣੇ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ you guys were there to support me, you know, sare ne mainu support kita, thank you so much for being there, and sarsa sahab ne khaas karke jive pairwai kiti aa te ik ladai ladi aa bahar te kanoon ne na ik fair trial ditta, dekho eh gal mannni paugi hai na, kanoon ne fair trial zarur ditta, je apan sessions court di gal kariye ta order bada sona pass kita unhone, jama ik ik cheez clear kiti aa, jive mere te ilzam laaye gaye si unhone ik ik finding ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇੰਸਟੀਗੇਟ ਕੀਤਾ, ਨਾ ਇਹਨੇ ਕਿਸੇ ਨੂੰ ਪ੍ਰੋਵੋਕ ਕੀਤਾ, ਨਾ ਇਹ ਵਾਇਲੈਂਸ 'ਚ ਸੀਗਾ, ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀਆਂ।
ਉਵੇਂ ਅੱਜ ਦਾ ਜਿਹੜਾ ਆਰਡਰ ਆ so I would always I mean I definitely would be thankful to the law of the land ਦੇਖੋ ਕਾਨੂੰਨ ਨੇ ਤਾਂ ਫੇਰ ਟ੍ਰਾਇਲ ਦਿੱਤਾ ਪਰ ਸਰਕਾਰਾਂ ਜਿਵੇਂ ਚੱਲਦੀਆਂ ਜਾਂ ਇਹ ਕਹਿ ਲਓ ਕੋਈ ਪੋਲੀਟੀਕਲ ਵੈਂਡੈਟਾ ਹੋਵੇ ਕਿਤੇ ਉਹਦੇ ਬਾਰੇ ਹਜੇ ਮੈਂ ਕੁਝ ਕਹਿ ਨਹੀਂ ਸਕਦਾ ਇਹ ਤੁਹਾਨੂੰ ਜ਼ਿਆਦਾ ਹੀ ਪਤਾ ਤੁਹਾਨੂੰ ਹੁਣ ਸਿੱਧੂ ਸਾਹਿਬ ਸਿੱਧੂ ਤੁਹਾਡੇ ਸਾਹਮਣੇ ਸੱਚੀ ਗੱਲ ਦੱਸਦਾ ਜਿੱਦਾਂ ਦਾ ਮੈਂ ਅੰਦਰ ਗਿਆ ਪਤਾ ਨਹੀਂ ਬਾਬੇ ਨਾਨਕ ਦੀ ਦਸਵੇਂ ਪਾਤਸ਼ਾਹ ਦੀ ਕੀ ਮਿਹਰ ਆ ਤੇ ਕਿਸੇ ਨੇ ਓਏ ਤੱਕ ਨਹੀਂ ਕਿਹਾ ਮੈਂ ਝੂਠ ਨਹੀਂ ਬੋਲ ਸਕਦਾ ਕਦੇ ਹਨਾ ਇਹ ਜ਼ਰੂਰ ਆ ਵੀ ਉਹਨਾਂ ਨੇ ਆਪਦਾ ਜੋ ਕਰਨਾ ਸੀ ਉਹਨਾਂ ਕੰਮ ਕੀਤਾ ਸ਼ੁਰੂ ਚ ਕਈ ਵਾਰੀ ਤੁਹਾਨੂੰ ਸੌਣ ਨਹੀਂ ਦਿੰਦੇ ਤੁਹਾਨੂੰ ਕੁਐਸਚਨਸ ਕਰਦੇ ਆ ਹਨਾ ਤੁਹਾਨੂੰ ਕੁਝ ਖਾਣ ਨੂੰ ਨਹੀਂ ਦਿੰਦੇ ਪਰ ਕਿਸੇ ਨੇ ਕੋਈ ਬਦਤਮੀਜ਼ੀ ਨਹੀਂ ਕਿਸੇ ਨੇ ਕਿਸੇ ਤਰ੍ਹਾਂ ਦਾ ਮੇਰੇ ਨਾਲ ਮਾੜਾ ਵਤੀਰਾ ਨਹੀਂ ਇਹ ਪਤਾ ਨਹੀਂ ਕਿਉਂ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਮੋਰਚੇ 'ਚ ਸੀ ਨਾ ਵੀ ਸ਼ਹੀਦਾਂ ਸਿੰਘਾਂ ਦਾ ਪਹਿਰਾ ਮੈਂ ਤਾਂ ਪ੍ਰਤੱਖ ਕੀਤੀ ਆ ਉਹ ਗੱਲ ਸ਼ਹੀਦਾਂ ਸਿੰਘਾਂ ਦਾ ਪਹਿਰਾ ਭਾਈ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਕਹਿੰਦੇ ਲੀਡਰ ਬਣ ਕੇ ਬਾਹਰ ਆਉਂਦਾ ਹੈ ਦੀਪ ਸਿੱਧੂ ਬਾਰੇ ਕੀ ਸਮਝਿਆ ਜਾਵੇ ਕਿ ਦੀਪ ਸਿੱਧੂ ਮੈਂ ਤਾਂ ਉਵੇਂ ਮੈਂ ਤਾਂ ਇੱਕ ਸੋਲਜਰ ਹਾਂ ਜੀ ਹਨਾ ਇੱਕ ਸੇਵਾਦਾਰ ਹਾਂ ਤੇ ਉਵੇਂ ਹੀ ਆਪਾਂ ਕੰਮ ਕਰਦੇ ਰਹਾਂਗੇ ਜਿਵੇਂ ਪਹਿਲਾਂ ਸੀ ਤੇ ਤੁਸੀਂ ਉਹ ਵੇਖ ਵੀ ਲਓਗੇ ਭਾਈ ਮੋਰਚੇ ਬਾਰੇ ਕੁਝ ਦੱਸੋ ਮੋਰਚੇ ਜਾਓਗੇ ਦੇਖੋ ਮੋਰਚੇ ਅਸੀਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਹਾਂ ਮੇਰੀ ਪੂਰੀ ਸਪੋਰਟ ਤੇ ਸੋਲੀਡੈਰਿਟੀ ਸਾਡੇ ਜਿਹੜੇ ਫਾਰਮਰਸ ਆ ਸਾਡੇ ਕਿਸਾਨ ਆ ਉਹਨਾਂ ਦੇ ਨਾਲ ਹੈਗੀ ਆ ਹਨਾ ਮੈਂ ਉਹਨਾਂ ਦਾ ਸੋਲਜਰ ਆ ਜਦੋਂ ਮੈਨੂੰ ਜਿੱਥੇ ਮਰਜ਼ੀ ਹੁਕਮ ਲਾਉਣ ਮੈਂ ਨਾਲ ਅਸੀਂ ਦੇਖ ਰਹੇ ਹਾਂ ਕਿ ਦੁਬਾਰਾ ਬਿਲਡ ਹੋ ਰਿਹਾ ਜਿਹੜਾ ਹਨੇਰੀ ਆਈ ਉਹ ਗਿਰ ਗਿਆ ਸੀ ਕੀ ਦੀਪ ਸਿੱਧੂ ਹੁਣ ਉਹ ਤੰਬੂ ਦੇ ਵਿੱਚ ਦੁਬਾਰਾ ਨਜ਼ਰ ਆਵੇਗਾ ਹਾਂਜੀ ਉਹ ਦੇਖੋ ਹੁਣ ਇਹੋ ਜਿਹੀਆਂ ਹਨੇਰੀਆਂ ਨੂਰੀਆਂ ਹਵਾਵਾਂ ਵਗਦੀਆਂ ਰਹਿੰਦੀਆਂ ਪਰ ਆਪਾਂ ਵਿੱਚ ਖੜੇ ਰਹਿਣਾ ਪੈਂਦਾ ਉਹਨਾਂ ਦੇ ਵਿੱਚ ਤਾਂ ਸਿੱਧੂ ਜੀ ਪੰਜਾਬ ਜਾਓਗੇ ਅੱਗੇ ਤੁਹਾਡਾ ਕੀ ਰੋਡ ਮੈਪ ਹੈ ਜੀ ਪੰਜਾਬ ਦੇ ਲੋਕਾਂ ਨਾਲ ਵਿਚਰੋਗੇ ਜੀ ਤੁਸੀਂ ਦੇਖੋ ਆਪਾਂ ਹੁਣ ਜਿਹੜੀ ਅੱਗੇ ਵਾਲੀ ਗੱਲ ਹੈ ਨਾ ਵੀਲ ਟਾਕ ਔਨ ਅ ਸੈਪਰੇਟ ਡੇ ਔਨ ਅ ਸੈਪਰੇਟ ਪਲੈਟਫਾਰਮ ਬਿਕਾਜ਼ ਹਜੇ ਤਾਂ ਮੈਂ ਬਾਹਰ ਆਇਆ ਮੈਨੂੰ ਹਜੇ ਸਮਝ ਹੀ ਨਹੀਂ ਆ ਰਹੀ ਲਿਟਰਲੀ ਆਈ ਡੋਨਟ ਨੋ ਇਟ ਫੀਲਸ ਲਾਈਕ ਅ ਡਿਫਰੈਂਟ ਵਰਲਡ ਆਲ ਟੁਗੇਦਰ ਅੱਛਾ ਦੀਪ ਸਿੱਧੂ ਵੀਰੇ ਇਹ ਚੀਜ਼ ਜ਼ਰੂਰ ਦੱਸੋ ਤੁਸੀਂ ਆਰਗੂਮੈਂਟ ਕੀਤਾ ਸੀਗਾ ਕਿ ਉਹਨਾਂ ਦੀ ਵੀਡੀਓਜ਼ ਵੀ ਖੰਗਾਲਣੀਆਂ ਚਾਹੀਦੀਆਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਲਾਲਕੇ ਤੇ ਜਾਣਾ ਚਾਹੀਦਾ ਹੈਗਾ ਕਿ ਜੱਜ ਨੇ ਉਹ ਚੀਜ਼ ਨੂੰ ਕੰਸੀਡਰ ਕੀਤਾ ਨਹੀਂ ਦੇਖੋ ਮੈਂ ਇੱਕ ਗੱਲ ਇਹ ਕਰਦਾ ਇਹਨਾਂ ਗੱਲਾਂ 'ਚ ਆਪਾਂ ਹੁਣ ਨਹੀਂ ਹੁਣ ਆਪਾਂ ਅੱਗੇ ਵਧਣਾ ਮੇਰੀ ਸਾਡੀ ਬੇਨਤੀ ਇੱਕ ਤਾਂ ਹੈ ਨਾ ਜੀ ਇੱਕ 188 ਇੱਕ ਇੱਕ ਮਿੰਟ ਬੇਨਤੀ ਸੁਣੋ 144 ਇੰਪੋਜ਼ ਦੇਖੋ ਇਹ ਸਾਰੀ ਜਿਹੜੀ ਲੜਾਈ ਆ ਨਾ ਇਹ ਕਿਸਾਨਾਂ ਦੀ ਲੜਾਈ ਆ ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਹੈ ਕਈ ਵਾਰ ਕੋਈ ਇਨਸਾਨ ਕਿਸਾਨ ਬੋਲ ਵੀ ਜਾਂਦਾ ਲੇਕਿਨ ਅੱਜ ਅਸੀਂ ਉਹਦੇ ਚਿਤਾਰ ਕੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੰਟੈਂਸ਼ਨਲੀ ਕੋਈ ਗੱਲ ਕੀਤੀ ਹੋ ਸਕਦੀ ਕਈ ਵਾਰ ਬੰਦੇ ਨੇ ਸਹਿਸਭਾਵਿਕ ਗੱਲ ਲੜਾਈ ਇੱਕ ਆ ਉਹ ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਕਿਸਾਨੀ ਦੀ ਆ ਔਰ ਕਿਸਾਨੀ ਦੀ ਲੜਾਈ ਅੰਦਰ ਅਗਰ ਮੰਨ ਲਓ ਕੋਈ ਵੱਧ ਵੀ ਬੋਲ ਗਿਆ ਘੱਟ ਬੋਲ ਗਿਆ ਸਾਨੂੰ ਉਹਨਾਂ ਗੱਲਾਂ ਵੱਲ ਨਹੀਂ ਦੇਖਣਾ ਸਿਰਫ ਇੱਕ ਚੀਜ਼ ਵੱਲ ਦੇਖਣਾ ਨਿਸ਼ਾਨਾ ਕੀ ਆ ਨਿਸ਼ਾਨਾ ਚਿੜੀ ਦੀ ਆਖਿਆ ਦੀਪ ਬਾਈ ਤੇ ਉਹ ਲੜਾਈ ਲੜਨੀ ਆ ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਨਾ ਇਹੋ ਜਿਹੀ ਕੋਈ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਨਾ ਆਪਸੀ ਅੰਦਰ ਕੋਈ ਨੁਕਸਾਨ ਹੋਵੇ ਦੀਪ ਬਾਈ ਬੰਦੇ ਦੇ ਸਰੀਰ ਨੂੰ ਮਾਰਿਆ ਜਾ ਸਕਦਾ ਸੋਚ ਨੂੰ ਨਹੀਂ ਦੀਪ ਦੀ ਸੋਚ ਉਹ ਪਹਿਲਾਂ ਵਰਗੀ ਹਜੇ ਵੀ ਜਾਂ ਜੇਲ੍ਹਾਂ ਵਿੱਚ ਜਾ ਕੇ ਕੋਈ ਫਰਕ ਪਿਆ ਜਾਂ ਜਿਹੜਾ ਤਸ਼ੱਦਦ ਆ ਜਾਂ ਤੰਗ ਪਰੇਸ਼ਾਨ ਜਿੰਨਾ ਵੀ ਕੀਤਾ ਗਿਆ ਉਹਨਾਂ ਨੇ ਕੋਈ ਫਰਕ ਪਾਇਆ ਦੀਪ ਦੀ ਸੋਚ ਉੱਤੇ ਨਹੀਂ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇੱਕ ਫੈਜ਼ ਸਾਹਿਬ ਨੇ ਗੱਲ ਲਿਖੀ ਸੀ ਜੀ ਤੇਰੇ ਗਮ ਕੋ ਜਾਂ ਕੀ ਤਲਾਸ਼ ਥੀ ਤੇਰੇ ਜਾਣੇ ਸਾਰ ਚਲੇ ਗਏ ਤੇਰੀ ਰਾਹ ਮੈਂ ਕਰਤੇ ਥੇ ਸਰ ਤਲਬ ਸਰੇ ਰਾਹ ਗੁਜ਼ਰ ਚਲੇ ਗਏ ਯੇ ਹਮ ਹੀ ਥੇ ਜਿਨਕੇ ਲਿਬਾਸ ਪਰ ਸਰੇ ਰਾਹ ਸਿਆਹੀ ਲਿਖੀ ਗਈ ਯਹੀ ਦਾਗ ਸਜਾ ਸਜਾ ਕੇ ਹਮ ਸਰੇ ਬਜ਼ਮੇ ਯਾਰ ਚਲੇ ਗਏ ਭਾਈ ਤੁਸੀਂ ਇੱਕ ਤੁਸੀਂ ਕਿਤਾਬ ਵੀ ਲਿਖ ਰਹੇ ਹੋ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਕਿਹਾ ਸੀ ਬਾਹਰ ਆ ਕੇ ਉਹਦੇ ਬਾਰੇ ਜ਼ਰੂਰ ਚਾਨਣਾ ਪਾਇਓ ਦੈਟਸ ਜਸਟ ਮਾਈ ਜਰਨੀ ਹਾਂਜੀ ਤਾਂ ਉਹ ਹਜੇ ਤਾਂ ਉਹਨੂੰ ਟਾਈਮ ਲੱਗੂਗਾ ਤੇ ਆਪਾਂ ਫਿਰ ਕਰਾਂਗੇ ਗੱਲ ਪਰ ਜ਼ਰੂਰ ਦਿਓ ਕਹਿੰਦੇ ਹੁੰਦੇ ਆ ਕਿ ਹਰ ਇੱਕ ਰੰਜ ਮੇ ਰਾਹਤ ਹੈ ਆਦਮੀ ਕੇ ਲਈ ਪਿਆਮੇ ਮੌਤ ਵੀ ਮੁਜ਼ਦਾ ਹੈ ਜ਼ਿੰਦਗੀ ਕੇ ਲਈ ਹਰ ਇੱਕ ਰੰਜ ਵਿੱਚ ਕੋਈ ਨਾ ਕੋਈ ਚੀਜ਼ ਛੁਪੀ ਹੁੰਦੀ ਆ ਤੁਸੀਂ ਜੇਲ੍ਹ 'ਚ ਰਹਿ ਕੇ ਆਏ ਹੋ ਗਵਾਇਆ ਕਿ ਖੱਟਿਆ ਵੀ ਹੈਗਾ ਬਹੁਤ ਨਹੀਂ ਨਹੀਂ ਬੜਾ ਕੁਛ ਖੱਟਿਆ ਜੀ ਕਦੇ ਕਦੇ ਕੋਈ ਵੀ ਨਹੀਂ ਗਵਾਉਂਦਾ ਹਨਾ ਪਰ ਉਹਦੀ ਰਜ਼ਾ 'ਚ ਰਹਿਣਾ ਪੈਂਦਾ ਤੇ ਉਹਦੇ ਸ਼ੁਕਰਾਨੇ 'ਚ ਰਹਿਣਾ ਪੈਂਦਾ ਹਿਊਮਿਲਿਟੀ ਜਿਹੜੀ ਤੁਹਾਡੇ ਅੰਦਰ ਇੱਕ ਤਾਂ ਹਿਊਮੈਨਿਟੀ ਕੰਪੈਸ਼ਨ ਇੱਕ ਦੂਜੇ ਦੇ ਦਰਦ ਨੂੰ ਸਮਝਣ ਦੀ ਗੱਲ ਤੇ ਕਦੇ ਕੋਈ ਨਹੀਂ ਗਵਾਉਂਦਾ ਟਾਈਮ ਬੜਾ ਕੁਛ ਸਿਖਾਉਂਦਾ ਔਰ ਜੇਲ੍ਹਾਂ ਵੀ ਸਿਖਾਉਂਦੀਆਂ ਸੋ ਦੈਟਸ ਹਾਊ ਆਈ ਹੈਵ ਬੀਨ ਪੜ੍ਹਨ ਦਾ ਬਹੁਤ ਮੌਕਾ ਮਿਲਿਆ ਪੜ੍ਹਨ ਦਾ ਕਾਫੀ ਮੌਕਾ ਮਿਲਿਆ ਸਿੱਧੂ ਸਾਹਿਬ ਇਸ ਤਰੀਕੇ ਸੇ ਕਿਸਾਨੀ ਅੰਦੋਲਨ ਦਿੱਲੀ ਕੇ ਬਾਰਡਰ ਪਰ ਚੱਲ ਰਹਾ ਹੈ ਆਪ ਲੋਗ ਜਾਓਗੇ ਵਹਾਂ ਪਰ ਦੇਖੀਏ ਲੜਾਈ ਹੀ ਹਮ ਆਪਣੇ ਕਿਸਾਨੀ ਅੰਦੋਲਨ ਕੀ ਲੜ ਰਹੇ ਹੈ ਨਾ ਔਰ ਹਮਾਰੀ ਹੋਂਦ ਕੀ ਲੜਾਈ ਹੈ ਸੋ ਮੈਂ ਤਾਂ ਉਨਕਾ ਇੱਕ ਸੋਲਜਰ ਹੂੰ
बहुत महीनों से लगे हुए हैं। आप जाएंगे कि नहीं जाएंगे? बिल्कुल जाएंगे, क्योंकि ये सवाल मेरा इसलिए है कि आपका जब कुछ सुनवाई हो रही थी तो आपकी तरफ से कोर्ट में रखा गया है कि दीप सिद्धू जो है वो किसान नेता नहीं है। नहीं देखिए, किसान नेता नहीं है, पर उनका एक किसान सेवादार या सोल्जर है ना। और जब सुप्रीम कोर्ट हमें ये बोल रहा है भी पीसफुल प्रोटेस्ट करना आपका हक है, तो पीसफुल प्रोटेस्ट ही हम कर रहे हैं, छह महीनों से पीसफुली प्रोटेस्ट कर रहे हैं। बाकी बाद में फिर आपसे डिटेल में बात करेंगे। भाई किसान स्नेहा तो यही है, साडा सब कुछ ही उत्थों चलता। देखो पिंडा च ही वसदे हैं ना, पिंडा च ही पंजाब वसदा। जे असी हुण अज किसान स्नेहा कहीए, उन्हां नूं की स्नेहा दईए यार, उत्थों ही तो निकले हैं, उत्थों ही तो साडी माड़ी मोटी होंद है उसे नूं बचाउण लई।